ਦੋਸਤੋ ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਆਪ ਸਭ ਨੂੰ ਹੀ ਨਿੱਘੀ ਜੀ ਆਇਆਂ। ਸਾਲ 2019 ਆਲਮੋਸਟ ਲੰਘ ਚੁੱਕਾ ਹੈ, ਦਸੰਬਰ ਦਾ ਮਹੀਨਾ ਹੈ, 29 ਤਰੀਕ ਹੈ ਅਤੇ 2019 ਦੇ ਜਿੰਨੇ ਵੀ ਸਾਡੇ ਪ੍ਰੋਗਰਾਮ ਆਏ ਨੇ ਉਹਨਾਂ ਦੇ ਵਿੱਚ ਤੁਸੀਂ ਸਾਡਾ ਸੈਗਮੈਂਟ ਸੁਣਦੇ ਰਹੇ ਹੋ, ਕਵਿਤਾ ਕਵੀ ਦੀ ਜ਼ੁਬਾਨੀ। ਹੋਰਨਾਂ ਕਵੀਆਂ ਤੋਂ ਇਲਾਵਾ ਐਡਮਿੰਟਨ ਤੋਂ ਦਰਸ਼ਨ ਭੰਡਾਲ ਹੁਣੀ ਆਪਣੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਰਹੇ ਨੇ ਅਤੇ ਉਹਨਾਂ ਦੀਆਂ ਕਵਿਤਾਵਾਂ ਤੁਸੀਂ ਪਸੰਦ ਵੀ ਕਰਦੇ ਰਹੇ ਹੋ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਦਰਸ਼ਨ ਭੰਡਾਲ ਹੁਣੀ ਸਾਡੇ ਦਰਮਿਆਨ ਨੇ ਅਤੇ ਅੱਜ ਗੱਲਬਾਤ ਕਰਾਂਗੇ 2019 ਦਾ ਜਿਹੜਾ ਲੰਘ ਚੁੱਕਾ ਆਲਮੋਸਟ ਸਾਲ ਹੈ ਅਤੇ ਆਉਣ ਵਾਲਾ ਜਿਹੜਾ 2020 ਚੜ੍ਹਨ ਵਾਲਾ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਹਾਂਜੀ ਦਰਸ਼ਨ ਜੀ, ਇੱਕ ਵਾਰ ਫੇਰ ਨਿੱਘੀ ਜੀ ਆਇਆ ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਜੀ। ਬਹੁਤ ਬਹੁਤ ਧੰਨਵਾਦ ਸਿੱਧੂ ਭਾਅ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਜਿਹੜਾ ਲੰਘ ਚੁੱਕਾ ਆਲਮੋਸਟ ਜਿਹੜਾ 2019 ਹੈ ਉਹਦੇ ਵਿੱਚ ਤੁਹਾਡੀਆਂ ਕਵਿਤਾਵਾਂ ਸਾਡੇ ਦਰਸ਼ਕ ਸੁਣਦੇ ਰਹੇ ਨੇ ਅਤੇ ਪਸੰਦ ਵੀ ਕਰਦੇ ਰਹੇ ਨੇ, ਅੱਜ ਜਿਹੜਾ ਬੀਤ ਜਾਣ ਲੱਗਾ ਆ 2019 ਉਹਦੇ ਬਾਰੇ ਕੋਈ ਗੱਲਬਾਤ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰੋ ਜੀ। ਜ਼ਰੂਰ ਸਿੰਧ ਸਾਹਿਬ ਜੀ, ਅੱਜ ਆਪਾਂ ਗੱਲ ਕਰਾਂਗੇ ਇਸ ਦੁਨੀਆਦਾਰੀ ਦੀ ਜਿਹਦੇ ਕਿ ਜਿਹਦੇ ਵਿੱਚ ਮੈਂ ਆਪ ਵੀ ਦੁਨੀਆਦਾਰੀ ਵਿੱਚ ਹੀ ਰਹਿੰਦਾ ਅਤੇ ਮੈਂ ਆਪ ਨੂੰ ਪੇਸ਼ ਕਰਨ ਜਾ ਰਿਹਾ। ਕਹਿੰਦੇ ਚੜ੍ਹ ਗਿਆ 19 ਦਾ ਦਸੰਬਰ ਮਹੀਨਾ, ਚੜ੍ਹ ਗਿਆ 19 ਦਾ ਦਸੰਬਰ ਮਹੀਨਾ, ਬੀਤ ਗਿਆ ਸਾਲ ਜਿਵੇਂ ਇਹ ਬੀਤ ਜੂ ਮਹੀਨਾ। ਚੜ੍ਹ ਗਿਆ 19 ਦਾ ਦਸੰਬਰ ਮਹੀਨਾ, ਬੀਤ ਗਿਆ ਸਾਲ ਜਿਵੇਂ ਇਹ ਬੀਤ ਜੂ ਮਹੀਨਾ। ਕਈਆਂ ਲਈ ਸੀ ਚੰਗਾ ਅਤੇ ਕਈਆਂ ਔਕੜਾਂ ਹੰਡਾਈਆਂ, ਚੜ੍ਹ ਜਾਣਾ ਵੀ ਸਾਰੇ ਦੇਣਗੇ ਵਧਾਈਆਂ, ਕਈਆਂ ਨਾਲ ਸੁਲ੍ਹਾ ਅਤੇ ਕਈਆਂ ਨਾਲ ਲੜਾਈਆਂ। ਕਹਿੰਦੇ ਸਮਾਂ ਬੀਤੀ ਜਾਂਦਾ, ਸਮਾਂ ਬੀਤੀ ਜਾਂਦਾ ਅਤੇ ਸਾਹ ਘਟੀ ਜਾਂਦੇ ਨੇ, ਆਪਣੇ ਹੀ ਆਪਣੇ ਦੇ ਕਿਉਂ ਖੰਭ ਕੱਟੀ ਜਾਂਦੇ ਨੇ। ਪਿਆਰ ਨਾਲ ਜਿਉਣ ਦਾ ਤਾਂ ਵੱਖਰਾ ਨਜ਼ਾਰਾ, ਕਿਹੜੀ ਗੱਲੋਂ ਦਿਲਾਂ ਵਿੱਚ ਦੂਰੀਆਂ ਨੇ ਪਾਈਆਂ, ਕਿਸੇ ਨਾਲ ਸੁਲ੍ਹਾ ਕਿਉਂ ਕਿਸੇ ਨਾਲ ਲੜਾਈਆਂ। ਦੁਖੀਏ ਨੂੰ ਦੇਖ, ਦੁਖੀਏ ਨੂੰ ਦੇਖ, ਕਦੇ ਮਾਰੀ ਦੀ ਨਹੀਂ ਤਾੜੀ, ਸਮੇਂ ਦਾ ਕੀ ਪਤਾ ਕਦੋਂ ਆ ਜਾਏ ਸਾਡੀ ਵਾਰੀ। ਹੱਸਦੇ ਨੂੰ ਦੇਖ, ਐਵੇਂ ਖੂਨ ਨਹੀਂ ਉਹ ਸਾੜੀ ਦਾ, ਮਿਹਨਤਾਂ ਦੇ ਨਾਲ ਕਿਸੇ ਮੰਜ਼ਲਾਂ ਜੇ ਪਾਈਆਂ, ਕਿਸੇ ਨਾਲ ਸੁਲ੍ਹਾ ਕਿਉਂ ਕਿਸੇ ਨਾਲ ਲੜਾਈਆਂ। ਕਹਿੰਦੇ ਬੰਦਿਆਂ 'ਚ ਵਸੇ ਬੰਦਿਆਂ 'ਚ ਰੱਬ, ਬੰਦਾ ਬੰਦੇ ਦਾ ਹੈ ਦਾਰੂ। ਵਸੇ ਬੰਦਿਆਂ 'ਚ ਰੱਬ, ਬੰਦਾ ਬੰਦੇ ਦਾ ਹੈ ਦਾਰੂ। ਪਾਉਂਦੇ ਵਿਰਲੇ ਕਦਰ, ਬਹੁਤੇ ਹੁੰਦੇ ਟਾਈਮ ਸਾਰੂ। ਲਾਉਂਦੇ ਸਿੰਘ ਨਾਲ ਦੋਸਤੀ ਅਤੇ ਪੂਛ ਨਾਲ ਵੈਰ, ਇਹੋ ਜਿਹੀਆਂ ਚੰਗੀਆਂ ਬੱਲਾਵਾਂ ਗਲੋਂ ਲਾਈਆਂ, ਕਿਸੇ ਨਾਲ ਸੁਲ੍ਹਾ ਅਤੇ ਕਿਸੇ ਨਾਲ ਲੜਾਈਆਂ। ਹੱਥ ਜੋੜ ਰੱਬ ਤੋਂ ਭੰਡਾਲ ਇਹੀ ਮੰਗੇ, ਨਵਾਂ ਸਾਲ ਸਾਰਿਆਂ ਨੂੰ ਖੁਸ਼ੀਆਂ 'ਚ ਰੰਗੇ, ਪਿਆਰ ਵਾਲਾ ਮੀਂਹ ਬਰਸਾ ਦੇ ਰੱਬਾ ਅੰਬਰਾਂ ਤੋਂ, ਇਹ ਬੁੱਝ ਜਾਣ ਦਿਲਾਂ ਵਿੱਚ ਅੱਗਾਂ 'ਚੋਂ ਮਚਾਈਆਂ, ਨਾ ਹੀ ਕਿਸੇ ਨਾਲ ਗੁੱਸੇ ਨਾ ਹੀ ਕਿਸੇ ਨਾਲ ਲੜਾਈਆਂ। ਆਓ ਰੁੱਸੇ ਹੋਏ ਮਨਾਈਏ, ਦਈਏ ਸਭ ਨੂੰ ਵਧਾਈਆਂ, ਦਈਏ ਸਭ ਨੂੰ ਵਧਾਈਆਂ, ਦਈਏ ਸਭ ਨੂੰ ਵਧਾਈਆਂ। ਥੈਂਕ ਯੂ ਸੰਤ ਸਾਹਿਬ। ਵਾਹ ਜੀ ਵਾਹ, ਬਹੁਤ ਖੂਬ ਭੰਡਾਲ ਸਾਹਿਬ, ਬਹੁਤ ਹੀ ਖੂਬ। ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਦਰਸ਼ਕ ਇਹ ਤੁਹਾਡੀ ਜਿਹੜੀ ਨਵੀਂ ਕਵਿਤਾ ਹੈ ਲੰਘ ਚੁੱਕੇ ਸਾਲ ਬਾਰੇ ਅਤੇ ਆਉਣ ਵਾਲੇ ਸਾਲ ਬਾਰੇ ਸਾਡੇ ਦਰਸ਼ਕ ਪਸੰਦ ਕਰਨਗੇ। ਨਵੇਂ ਵਰ੍ਹੇ ਦੇ ਪ੍ਰੋਗਰਾਮ ਦੇ ਵਿੱਚ ਵੀ ਦਰਸ਼ਨ ਭੰਡਾਲ ਹੁਣ ਦੀਆਂ ਕਵਿਤਾਵਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਫਿਲਹਾਲ ਆਗਿਆ ਚਾਹੁੰਦੇ ਹਾਂ, ਸਤਿ ਸ਼੍ਰੀ ਅਕਾਲ।